देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सूरत टाइम्स। पूछती है झोंपड़ी और पूछते हैं खेत भी, पूछती है झोंपड़ी और पूछते हैं खेत भी, कब तक लुटते रहेंगे लोग मेरे गांव के, कब तक लुटते रहेंगे लोग मेरे गांव के, अब हनेरा जीत लेंगे लोग मेरे गांव के, इंकलाब जिंदाबाद। लगातार आंदोलन जारी है, अज भारत बंद है। नाल दे नाल गल की जाए जो कुछ टिकरी बार्डर चल रहा है उत्थे दा माहौल किस तरीके का है, दो जो थिएटर के कलाकार ने वो इत्थे पहुंचे ने, तुहाडे सामने कुछ पेश करन लगे ने, गौर फरमायो जी। भाई और बहना मित्रा, जरा थोड़ा थोड़ा पीछे होके छड़ जाओ, जमूरे आपने जो कुछ भी मांगा है, मदारी के इस झोले में बहुत कुछ है, सब कुछ मिलेगा। तुम्हें खेत चाहिए, खेतों में बिजली चाहिए, पानी चाहिए, तुम्हारी माँ की दवाई चाहिए, बच्चों के सपने चाहिए, लो हम तुम्हारे लिए लेके आए हैं। ये देखो, जा जमूरे बोल दे चुरलू चुरलू आला बड़ा जीएसटी है नाली निजी करना, निजी करन जीएसटी निजी करन, ओ कुछ तो शर्म कर तू, ओ देश दा मुखी है। आप जो आप मरदे हां, हां जी ਜਿੰਦੀ ਵਜ੍ਹਾ ਨਾਲ ਆਪਾਂ ਮਰਦੇ ਕਿਉਂ ਨਾ ਆਪਾਂ ਉਹਨੂੰ ਹੀ ਮਾਰ ਦਈਏ, ਮਾਰ ਦਈਏ ਖੇਤੀ ਲੋ ਛੱਡੋ ਨਾ ਬਾਸ। ਲੈ ਮਸ਼ਾਲੇ ਚੱਲ ਪੜੇ ਲੋਕ ਮੇਰੇ ਦਰਕਾਰ ਪੜੇ, ਲੈ ਮਸ਼ਾਲੇ ਚੱਲ ਪੜੇ ਲੋਕ ਮੇਰੇ ਗਾਉਂ ਕੇ, ਅਬ ਹਨੇਰਾ ਜੀਤ ਲੇਂਗੇ ਲੋਕ ਮੇਰੇ ਗਾਉਂ ਕੇ, ਅਬ ਹਨੇਰਾ पूछती है झोंपड़ी और पूछते हैं खेत भी, कब तलक लुटते रहेंगे लोग मेरे गांव के, कब तलक लुटते रहेंगे लोग मेरे गांव के, अब हनेरा जीत लेंगे लोग मेरे गांव के, इंकलाब जिंदाबाद। किसान मजदूर एकता जिंदाबाद, सेंटर सरकार मुर्दाबाद। ਕਿਹਾ ਜਾਂਦਾ ਕਲਾਕਾਰਾਂ ਵਿੱਚ ਬਹੁਤ ਜ਼ਬਰਦਸਤ ਇੱਕ ਸ਼ਕਤੀ ਹੁੰਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਸਮਝਾਉਣ ਦਾ ਕੰਮ ਕਰਦੇ ਨੇ। ਇਸ ਵਕਤ ਤੁਹਾਡੀ ਲੋੜ ਇੱਥੇ ਸੀਗੀ, ਤੁਸੀਂ ਆਏ ਹੋ, ਸਰਕਾਰ ਨੂੰ ਕਿਸ ਤਰੀਕੇ ਸਮਝਾਓਗੇ? ਦੇਖੋ ਜੀ, ਅਸੀਂ ਕਲਾਕਾਰਾਂ ਰੰਗਕਰਮੀ ਹੈ, ਸਰਕਾਰ ਨੂੰ ਤਾਂ ਹੁਣ ਆਪ ਹੀ ਸਮਝ ਜਾਣਾ ਚਾਹੀਦਾ ਕਿ ਜਿੱਥੋਂ ਤੱਕ ਅੱਜ ਸਵਾਲ ਹੈ, ਇਕੱਲੇ ਕਿਸਾਨ ਦਾ ਨਹੀਂ ਰਹਿ ਗਿਆ, ਹਰ ਉਸ ਇਨਸਾਨ ਦਾ ਰਹਿ ਗਿਆ ਹੈ ਜਿਹੜਾ ਅਨਾਜ ਖਾਂਦਾ ਹੈ। ਅਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਇਹਨਾਂ ਨੇ ਇਹ ਬਿੱਲ ਪਾਸ ਕੀਤੇ ਹੈ, ਉਹ ਬਿੱਲ ਪਾਸ ਕਰਦਿਆਂ ਵੀ ਇਹਨਾਂ ਨੇ ਉੱਥੇ ਕੋਈ ਲੰਚ ਬ੍ਰੇਕ ਕੀਤੀ ਹੋਊਗੀ, ਕੁਝ ਖਾਧਾ ਹੋਊਗਾ, ਚਾਵਲ ਖਾਧੇ ਹੋਣਗੇ, ਰੋਟੀ ਖਾਧੀ ਹੋਊਗੀ, ਉਦੋਂ ਇਹਨਾਂ ਨੂੰ ਕਿਉਂ ਨਹੀਂ ਯਾਦ ਆਈ ਇੱਕ ਵਾਰ ਵੀ ਕਿ ਇਹ ਅਨਾਜ ਉਹਨਾਂ ਖੇਤਾਂ ਦੇ ਵਿੱਚ ਹੀ ਪੈਦਾ ਹੁੰਦਾ? ਮੈਂ ਇੱਕ ਗੱਲ ਹੋਰ ਕਹਿ ਦੇਣੀ ਚਾਹੁੰਦਾ, ਜਦੋਂ ਖੇਤ ਮਜ਼ਦੂਰ ਅਤੇ ਖੇਤ ਦੇ ਵਿੱਚ ਕੰਮ ਕਰਦਾ ਕਿਸਾਨ ਕੜਕਦੀਆਂ ਧੁੱਪਾਂ ਦੇ ਵਿੱਚ ਖੇਤਾਂ 'ਚ ਕੰਮ ਕਰਦਾ ਅਤੇ ਉਹਦਾ ਖੂਨ ਪਸੀਨਾ ਬਣ ਕੇ ਇਸ ਧਰਤੀ 'ਤੇ ਡਿੱਗਦਾ, ਅਤੇ ਜੋ ਇਸ ਧਰਤੀ ਤੋਂ ਅਨਾਜ ਪੈਦਾ ਹੁੰਦਾ ਉਹਦੇ ਵਿੱਚ ਉਹ ਕਿਸਾਨਾਂ ਅਤੇ ਮਜ਼ਦੂਰਾਂ ਦਾ ਖੂਨ ਹੁੰਦਾ, ਉਹ ਆਪਦਾ ਖੂਨ ਦੇ ਕੇ ਤੁਹਾਡਾ ਢਿੱਡ ਭਰਨ ਵਾਲੇ ਅੱਜ ਇੱਥੇ ਆ ਕੇ ਸੜਕਾਂ 'ਤੇ ਸੁੱਤੇ ਆ। ਕਦੋਂ ਜਾਗੇਗੀ ਇਹ ਸਰਕਾਰ, ਕਦੋਂ ਜਾਗੇਗੀ? ਜਦੋਂ ਤੱਕ ਨਹੀਂ ਜਾਗਦੀ ਅਸੀਂ ਇਸੇ ਤਰ੍ਹਾਂ ਆਪਦੇ ਨਾਰੇ ਬੁਲੰਦ ਰੱਖਾਂਗੇ, ਜਗਾਉਂਦੇ ਰਹਾਂਗੇ ਇਸ ਬੋਲੀ ਸਰਕਾਰ ਨੂੰ। ਧੰਨਵਾਦ ਜੀ। ਇਨਸਾਨ ਅਹਿਸਾਨ ਫਰਾਮੋਸ਼ ਹੋ ਜਾਂਦਾ ਹੈ, ਇਸ ਵਕਤ ਅਹਿਸਾਨ ਕਰਨ ਵਾਲਾ ਕੌਣ ਹੈ, ਅਹਿਸਾਨ ਫਰਾਮੋਸ਼ ਕੌਣ ਹੈ? ਅਹਿਸਾਨ ਕਰਨ ਵਾਲੇ ਇੱਕ ਕਿਸਾਨ ਹੈ ਜਿਨ੍ਹਾਂ ਨੇ ਮੋਦੀ ਸਰਕਾਰ ਬਣਾਈ, ਔਰ ਅਹਿਸਾਨ ਫਰਾਮੋਸ਼ ਉਹ ਮੋਦੀ ਹੈ ਜਿਸਨੇ ਕਿਸਾਨੋਂ ਕੇ ਖਿਲਾਫ ਤਿੰਨ ਕਾਨੂੰਨ ਲੈ ਕੇ ਤੁਹਾਡੇ ਕਿਸਾਨ ਕੋ ਮਰਨੇ ਕੇ ਲਈ ਮਜਬੂਰ ਕਰ ਦਿਆ ਇਸ ਸਰਕਾਰ ਨੇ। ਆਜ ਕਿਸਾਨ 12-13 ਦਿਨ ਸੇ ਬੈਠਿਆ ਹੈ ਯਹਾਂ ਧਰਨੋਂ ਪਰ, ਰਾਤ ਕੋ ਖੁੱਲ੍ਹੇ ਅਹਿਸਾਨ ਮੇਂ ਸੋ ਰਿਹਾ ਹੈ, ਔਰ ਉਹ ਮੋਦੀ ਰਜ਼ਾਈ ਲੈ ਕੇ ਏਸੀ ਕਮਰੋਂ ਕੇ ਅੰਦਰ ਸੋ ਰਿਹਾ ਹੈ, ਹੀਟਰ ਲਗਾਇਆ ਹੋਇਆ ਹੈ, ਉਸਕੋ ਸੋਚਣਾ ਚਾਹੀਏ। ਆਜ ਕਿਸਾਨ ਕੇ ਬੇਟੇ ਸੜਕੋਂ ਪਰ ਸੋ ਰਹੇ ਹੈ ਲੱਖਾਂ ਕਰੋੜੋਂ ਕੀ ਸੰਖਿਆ ਮੇਂ, ਔਰ ਉਹ ਮਜ਼ੇ ਸੇ ਵਹਾਂ ਸੋ ਰਿਹਾ ਹੈ। ਔਰ ਇੱਕ ਬਾਤ ਔਰ ਕਹਤਾ ਹੂੰ ਮੈਂ ਸਭੀ ਭਾਈਓ ਸੇ, ਕਰੋੜੋਂ ਹਿੰਦੁਸਤਾਨੀਓ ਸੇ ਅਪੀਲ ਕਰਾਤਾ ਹੂੰ, ਆਜ ਕਾ ਬੰਦ ਬਿਲਕੁਲ ਸ਼ਾਂਤੀਪੂਰਨ ਹੋਣਾ ਚਾਹੀਏ, ਕੋਈ ਕਿਸੀ ਕੋ ਨਾ ਤੰਗ ਕਰੇ, ਆਪਣੇ ਆਪ ਲੋਕ ਬੰਦ ਮੇਂ ਸ਼ਾਮਿਲ ਹੋ ਰਹੇ ਹੈ, ਕਿਸੀ ਕੋ ਕਹਿਣੇ ਕੀ ਜ਼ਰੂਰਤ ਨਹੀਂ। ਔਰ ਇੱਕ ਅਪੀਲ ਔਰ ਕਰੂੰਗਾ ਮੈਂ ਇੱਕ ਬਾਤ ਸੇ, ਹਰਿਆਣਾ ਸਰਕਾਰ ਸੇ, ਇਸ ਹਰਿਆਣਾ ਸਰਕਾਰ ਕਾ ਇੱਕ ਮੰਤਰੀ ਬਾਰ ਬਾਰ ਕਿਸਾਨੋਂ ਕੋ ਭੜਕਾ ਰਿਹਾ ਹੈ, ਇਨ ਕਿਸਾਨ ਭਾਈਓਂ ਕੋ ਕਾਂਗਰਸੀ ਬਤਾ ਰਿਹਾ ਹੈ।
ये बहुत बड़ा मजाक कर रहा है कि हरियाणा का एक कृषि मंत्री, वो कृषि मंत्री नहीं, पंजाब वाले मेरे भाई कहते हैं वो खेती बाड़ी मंत्री है, मैं कहता हूँ खरीद फरोख्त मंत्री है वो। तो कलाकार ने कलाकार बारे गल करनी जरूरी है, अज के कलाकार ने जिस तरीके रोहतक की गल की जाए या गल की जाए कंगना रणौत की, एक कलाकार होने के नाते की कहना चाहोगे, एक पंजाबी होने के नाते की कहना चाहोगे कंगना रणौत बारे? देखो जी, मैं एक ही गल कहनी चाहना कि हरियाणा पंजाब के बब्बर शेर असी तो झोटा ढाण की ताकत रखते हैं, यहोजी चमजुआ के मूँह नहीं लगते, असी ये तो चमजुआ जी आप समझ। बिल्कुल, तो तुम वेख सकते हो माहौल इस वक्त किस तरीके का है, टिकरी बार्डर तस्वीर से जिते रंगमंच के कलाकार पहुँचे हुए हैं, लोगों एक दिखा रहे हैं ना कि जो उन्होंने चुनिया सीगा वो किस तरीके का सीगा, जो सरकार के थैले विचों बाहर आ रहा है वो किस तरीके का है। फिलहाल आज का बंद है, वेखते हैं कल की मीटिंग तो बाद की नतीजे निकल के सामने आएंगे, इस बंद का सरकार से कितना प्रभाव पैन वाला है। टिकरी बॉर्डर दिल्ली तो कैमरा पर्सन राजेश बागड़ी नाल सूरज प्रकाश, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक इन्हां चोरा ठगा तो सावधान, स्पेशलिस्ट वशीकरण सट्टा नंबर, लव मैरिज पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान, फ्री 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 मियां रफीक मोहम्मद, मोबाइल 84374 94647 84374 94648।